ਧਰਤੀ ਵਿੱਚੋਂ ਮੁੱਕੀ ਜਾਂਦਾ ਪਾਣੀ, ਖਤਮ ਨਾ ਹੋ ਜਾਵੇ ਕਿਤੇ ਇਹ ਕਿਰਸਾਨੀ। ਦੂਸ਼ਿਤ ਹੋ ਗਿਆ ਪਾਣੀ ਸਾਡਾ, ਦੂਸ਼ਿਤ ਹੋ ਗਿਆ ਪਾਣੀ ਸਾਡਾ, ਗੰਦਲੀ ਹੋਈ ਹਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਜਦ ਵੀ ਤੇਰੇ ਖੇਤਾਂ ਵਿੱਚ ਅੱਗ ਮੱਚਦੀ ਆ, ਧਰਤੀ ਦੀ ਵੀ ਉਪਜਾਊ ਸ਼ਕਤੀ ਘਟਦੀ ਆ। ਜਦ ਵੀ ਤੇਰੇ ਖੇਤਾਂ ਵਿੱਚ ਅੱਗ ਮੱਚਦੀ ਆ, ਧਰਤੀ ਦੀ ਵੀ ਉਪਜਾਊ ਸ਼ਕਤੀ ਘਟਦੀ ਆ। ਮਰ ਜਾਂਦੇ ਨੇ ਮਿੱਤਰ ਕੀੜੇ, ਮਰ ਜਾਂਦੇ ਨੇ ਮਿੱਤਰ ਕੀੜੇ, ਜੈਵਿਕ ਪਦਾਰਥ ਹੋਵੇ ਤਬਾਹ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਵਰਤ ਕੇ SMS ਵਾਲੀ ਕੰਬਾਈਨ ਫਸਲ ਕਟਵਾ ਲੈ ਤੂੰ, ਜਾਂ ਵਰਤ ਕੇ ਮਲਚਰ ਕਟਰ ਨੂੰ, ਪਰਾਲੀ ਧਰਤ ਤੇ ਵਿਛਾ ਲੈ ਤੂੰ। ਅਪਣਾ ਕੇ ਸੁਪਰ ਸੀਡਰ ਨੂੰ, ਵਰਤ ਕੇ ਸੁਪਰ ਸੀਡਰ ਨੂੰ, ਟਾਈਮ ਤੇ ਖਰਚਾ ਘਟਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਘਾਤਕ ਬਿਮਾਰੀਆਂ ਨੇ ਸੰਸਾਰ ਨੂੰ ਘੇਰਾ ਪਾਇਆ ਏ, ਇਹ ਵੀ ਤਾਂ ਕੀਤਾ ਮਨੁੱਖ ਦਾ ਕਰਾਇਆ ਏ, ਇਹ ਵੀ ਤਾਂ ਸਾਡਾ ਹੀ ਕੀਤਾ ਕਰਾਇਆ ਏ। ਬਚਾ ਲੈ ਪੌਣ ਪਾਣੀ ਵੀਰਿਆ, ਬਚਾ ਲੈ ਪੌਣ ਪਾਣੀ ਵੀਰਿਆ, ਕਿਤੇ ਨਸਲਾਂ ਨਾ ਹੋ ਜਾਣ ਤਬਾਹ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਹਰਮਨ ਸੰਧੂ ਸੱਚੀਆਂ ਗੱਲਾਂ ਕਹਿੰਦਾ ਏ, ਸਮਾਂ ਸਦਾ ਨਾ ਇੱਕੋ ਜਿਹਾ ਰਹਿੰਦਾ ਏ। ਅਪਣਾ ਕੇ ਨਵੀਆਂ ਟਕਨੀਕਾਂ ਨੂੰ, ਅਪਣਾ ਕੇ ਖੇਤੀਬਾੜੀ ਮਹਿਕਮੇ ਦੀਆਂ ਟਕਨੀਕਾਂ ਨੂੰ, ਅਗਾਂਹ ਵਧੂ ਕਿਸਾਨ ਕਹਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਵਰਤ ਕੇ ਇਸ ਪਰਾਲੀ ਨੂੰ, ਮਸ਼ਰੂਮ ਕਲਟੀਵੇਸ਼ਨ ਅਪਣਾ ਲੈ ਤੂੰ, ਜਾਂ ਇਕੱਠੀ ਕਰ ਪਰਾਲੀ ਨੂੰ, ਕੋਲ ਪ੍ਰੋਜੈਕਟ ਲਗਾ ਲੈ ਤੂੰ। ਖੇਤੀਬਾੜੀ ਮਹਿਕਮੇ ਦੀ ਤੂੰ ਵੀਰਿਆ ਲੈ ਸਲਾਹ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਪਰਾਲੀ ਖੇਤ ਦੇ ਵਿੱਚ ਹੀ ਵਾ, ਪਰਾਲੀ ਖੇਤ ਦੇ ਵਿੱਚ ਹੀ ਵਾ। ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ, ਨਾੜ ਨੂੰ ਅੱਗ ਨਾ ਲਾ ਵੀਰਿਆ, ਨਾੜ ਨੂੰ ਅੱਗ ਨਾ ਲਾ। ਸੋ ਇਹ ਸੀ ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਕੋਸ਼ਿਸ਼ ਤੁਹਾਡੇ ਆਪਣੇ ਵੀਰ ਹਰਮਨਵੀਰ ਸਿੰਘ ਸੰਧੂ ਵੱਲੋਂ। ਸੋ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਕੋਸ਼ਿਸ਼ਾਂ ਜਾਰੀ ਕਰਦੇ ਰਵਾਂਗੇ, ਅਤੇ ਆਪਣੇ ਕਿਸਾਨਾਂ ਨੂੰ ਸਹੀ ਸਮੇਂ 'ਤੇ ਟੈਕਨੀਕਲੀ ਗਾਈਡ ਕਰਦੇ ਰਵਾਂਗੇ। ਸੋ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਆ। ਬਾਕੀ ਜੇ ਤੁਹਾਨੂੰ ਲੱਗਦਾ ਵੀ ਇਸ ਕੁਝ ਹੋਰ ਐਡੀਟਿੰਗ ਹੋਣੀ ਚਾਹੀਦੀ ਹੈ ਇਸ ਸੌਂਗ ਵਿੱਚ ਕਿਸਾਨਾਂ ਨੂੰ ਮੋਟੀਵੇਟ ਕਰਨ ਵਾਸਤੇ, ਤਾਂ ਆਪਣੇ ਸੁਝਾਅ ਜ਼ਰੂਰ ਦਿਓ। ਥੈਂਕ ਯੂ।